ਹੁਣ ਗੱਲ ਉਹਨਾਂ ਲੋਕਾਂ ਦੀ ਕਰਦੇ ਹਾਂ ਜੋ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰ ਰਹੇ ਨੇ। ਗੱਲ ਉਹਨਾਂ ਲੋਕਾਂ ਦੀ ਕਰਦੇ ਹਾਂ ਜਿਨ੍ਹਾਂ ਦਾ ਕਹਿਣਾ ਹੈ ਕਿ ਭਾਈ ਸਾਡੇ ਪਿੰਡ ਦੀ ਸਰਪੰਚਣੀ ਹੀ BDPO ਦੇ ਨਾਲ ਮਿਲ ਕੇ ਵੱਡਾ ਕਾਰਾ ਕਰ ਗਈ ਹੈ, ਵੱਡੀ ਹੇਰਾਫੇਰੀ ਕਰ ਗਈ ਹੈ। ਸਾਡੀ ਮਦਦ ਕੀਤੀ ਜਾਏ, ਸਾਨੂੰ ਇਨਸਾਫ਼ ਦਵਾਇਆ ਜਾਏ। ਪੂਰਾ ਮਾਮਲਾ ਕੀ ਹੈ ਇਸ ਰਿਪੋਰਟ 'ਚ ਵੇਖੋ। ਸਾਡੀ ਇਹ ਰਿਪੋਰਟ ਹੈ ਲੋਕਾਂ ਨੂੰ NRI ਭਰਾਵਾਂ ਨੂੰ ਸੁਚੇਤ ਕਰਨ ਦੇ ਲਈ ਹੈ ਕਿ ਭਾਈ ਆਪਣੀਆਂ ਪੰਜਾਬ ਵਾਲੀਆਂ ਜ਼ਮੀਨਾਂ ਬਾਰੇ ਪਤਾ ਕਰਦੇ ਰਿਹਾ ਕਰੋ, ਉਹਨਾਂ ਦਾ ਧਿਆਨ ਰੱਖਿਆ ਕਰੋ, ਨਹੀਂ ਤਾਂ ਤੁਹਾਡੇ ਨਾਲ ਵੀ ਉਹੀ ਹੋ ਸਕਦਾ ਜੋ ਇਹਨਾਂ ਲੋਕਾਂ ਦੇ ਨਾਲ ਹੋਇਆ। ਜਿਹਾਂ ਜ਼ਮੀਨਾਂ ਦੇ ਮਾਲਕ ਤਾਂ ਵੇਖਦੇ ਹੀ ਰਹਿ ਗਏ ਅਤੇ BPO ਅਤੇ ਸਰਪੰਚ ਸਾਹਿਬ ਵੱਡੀ ਹੇਰਾਫੇਰੀ ਕਰ ਗਏ, ਜਿਹਾਂ ਇਲਜ਼ਾਮ ਤਾਂ ਹੀ ਲੱਗ ਰਹੇ ਨੇ। ਮਾਮਲਾ ਰਾਏਕੋਟ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਦੇ ਪਿੰਡ ਲੀਲ ਦੇ ਵਿੱਚ ਕੁਝ NRIs ਅਤੇ ਹੋਰ ਪਰਿਵਾਰਾਂ ਦੀਆਂ ਜ਼ਮੀਨਾਂ ਨੂੰ ਪਿੰਡ ਦੀ ਸ਼ਾਮਲਾਟ ਦੀ ਜ਼ਮੀਨ ਵਿਖਾ ਕੇ ਕਰੋੜਾਂ ਰੁਪਏ ਦੀ ਹੇਰਾਫੇਰੀ ਕਰ ਲਈ ਗਈ। ਦੱਸਿਆ ਜਾ ਰਿਹਾ ਕਿ ਪਿੰਡ ਦੇ ਕੋਲੋਂ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਇੱਕ ਹਾਈਵੇ ਨਿਕਲ ਰਿਹਾ। ਇਸੇ ਗੱਲ ਦਾ ਫਾਇਦਾ ਚੁੱਕਦਿਆਂ BDPO ਰੁਪਿੰਦਰਜੀਤ ਕੌਰ, ਪਿੰਡ ਦੀ ਸਰਪੰਚ ਅਤੇ ਕੁਝ ਹੋਰ ਲੋਕਾਂ ਨੇ ਮਿਲ ਕੇ ਇਹਨਾਂ ਲੋਕਾਂ ਦੀ ਕਰੀਬ 21 ਏਕੜ ਜ਼ਮੀਨ ਨੂੰ ਪੰਚਾਇਤੀ ਸ਼ਾਮਲਾਟ ਦੀ ਜ਼ਮੀਨ ਵਿਖਾ ਦਿੱਤਾ ਅਤੇ ਜ਼ਮੀਨ ਦਾ ਬਣਦਾ ਮੁਆਵਜ਼ਾ ਲੈਣ ਲਈ ਅੱਗੇ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ। ਜਿਹਾਂ ਇਲਜ਼ਾਮ ਤਾਂ ਇਹੀ ਲੱਗ ਰਹੇ ਨੇ। ਪੀੜਤਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਠੱਗਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜ਼ਮੀਨ ਦਾ ਮੁਆਵਜ਼ਾ ਜ਼ਮੀਨ ਦੇ ਮਾਲਕਾਂ ਨੂੰ ਹੀ ਦਿੱਤਾ ਜਾਵੇ। ਇਹ ਗੱਲਬਾਤ ਹੋਈ ਹੈ ਜੀ, ਇਹਨਾਂ ਨੇ ਪ੍ਰੋਜੈਕਟ ਦੇ ਵਿੱਚ ਪਾਤੀ ਜ਼ਮੀਨ ਸਾਡੀ, ਇਹਨਾਂ ਨੇ ਦੂਜੇ ਜਮਨਾ ਮਾਲਕਾਂ 'ਚ ਜ਼ਮੀਨ ਪਾ ਕੇ ਪੰਚਾਇਤ ਵਾਲਿਆਂ ਅਤੇ BDO ਨੇ ਪਾ ਕੇ ਇਹਨਾਂ ਨੇ ਸਾਡੇ ਪੈਸੇ ਹੜੱਪਣ ਦੀ ਗੱਲ ਕੀਤੀ ਆ। ਇਹ ਜ਼ਮੀਨ ਸਾਡੇ ਨਾਂ ਬੋਲਦੀ ਆ, ਸਾਡੇ ਕੋਲ ਰਜਿਸਟਰੀਆਂ ਨੇ, ਪਰੂਫ ਨੇ। ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਚਾਹੁੰਦੇ ਹਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਸਾਡੇ ਪੈਸੇ ਸਾਨੂੰ ਦਿੱਤੇ ਜਾਣ। ਜਿਹਾਂ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ BDPO ਦੇ ਸਰਪੰਚਣੀ ਸਾਹਿਬਾ ਸਣੇ ਕੁੱਲ 7 ਲੋਕਾਂ ਖਿਲਾਫ਼ ਧੋਖਾਧੜੀ ਅਤੇ ਹੋਰ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਮਾਮਲੇ 'ਚ ਅੱਗੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ। ਸਾਡੇ ਕੋਲ ਇੱਕ ਲਖਵੰਤ ਸਿੰਘ ਵੱਲੋਂ ਕੰਪਲੇਂਟ ਆਈ ਸੀ, ਪਿੰਡ ਲੀਲ ਦਾ ਹੈਗਾ ਉਹ, ਵੀ ਉਹ ਉਹਨਾਂ ਦੇ ਪਿੰਡ ਕੋਈ ਸੜਕ ਲਈ ਜ਼ਮੀਨ ਅਕੁਆਇਰ ਕਰ ਰਹੇ ਸੀਗੇ ਅਤੇ ਉਹ ਉੱਥੋਂ ਦੀ ਪੰਚਾਇਤ ਅਤੇ BDPO ਦੇ ਇੱਕ ਪਟਵਾਰੀ ਨੇ ਆਪਸੀ ਮਿਲੀ ਭੁਗਤ ਕਰਕੇ ਉਹਦੀ ਜਿਹੜੀ ਨਿੱਜੀ ਮਲਕੀਅਤ ਦੀ ਜ਼ਮੀਨ ਸੀਗੀ ਉਹਨੂੰ ਪੰਚਾਇਤੀ ਦਿਖਾ ਕੇ ਉਹਦੇ ਨਾਲ ਧੋਖਾਧੜੀ ਕੀਤੀ ਆ। ਉਹਦੀ ਅਸੀਂ ਇਨਕੁਆਇਰੀ ਕੀਤੀ, ਇਨਕੁਆਇਰੀ ਤੋਂ ਬਾਅਦ DA ਲੀਗਲ ਸਾਹਿਬ ਦੀ ਅਸੀਂ ਇਹਦੇ 'ਚ ਲੀਗਲ ਓਪੀਨੀਅਨ ਲਈ ਸੀਗੀ ਅਤੇ ਉਹ ਲੀਗਲ ਓਪੀਨੀਅਨ ਲੈਣ ਤੋਂ ਬਾਅਦ ਅਸੀਂ FIR ਦਿੱਤੀ ਹੈ ਜੀ, FIR ਨੰਬਰ 116। ਹਾਂ, ਵਿੱਚ ਉਹਨਾਂ ਦਾ ਹੀ ਪਰਚਾ ਹੈਗਾ ਜੀ। ਸਰਪੰਚ ਹੈਗੀ ਹੈ ਸਤਵੰਤ ਕੌਰ ਜੀ, ਇੱਕ ਪੰਚ ਪਰਮਜੀਤ ਕੌਰ, ਇੱਕ ਪੰਚ ਹੈਗੇ ਇੰਦਰਜੀਤ ਕੌਰ, ਇੱਕ ਪੰਚ ਹਰਵਿੰਦਰ ਸਿੰਘ ਅਤੇ ਪੰਚ ਜਗਦੀਪ ਸਿੰਘ, ਇਹ ਤਾਂ ਪੰਚਾਇਤ ਮੈਂਬਰ ਨੇ। ਇੱਕ ਦਲਜੀਤ ਸਿੰਘ ਸੰਮਤੀ ਪਟਵਾਰੀ ਆ ਅਤੇ ਇੱਕ ਰੁਪਿੰਦਰਜੀਤ ਕੌਰ BDP। ਪਹਿਲਾਂ ਰਾਏਕੋਟ ਦੇ ਨਾਲ ਲੱਗਦਾ ਹੀ ਇੱਕ ਇਲਾਕਾ ਇੱਕ MLA ਵੱਲੋਂ ਕਥਿਤ ਤੌਰ 'ਤੇ ਇੱਕ NRI ਪਰਿਵਾਰ ਦੀ ਕੋਠੀ ਦੱਬਣ ਦੇ ਚੱਕਰਾਂ 'ਚ ਚਰਚਾ 'ਚ ਆਇਆ ਸੀ ਅਤੇ ਹੁਣ ਰਾਏਕੋਟ 'ਚ ਇੱਕ ਅਫਸਰ ਅਤੇ ਪਿੰਡ ਦੀ ਸਰਪੰਚਣੀ 'ਤੇ ਅਜਿਹੇ ਹੀ ਗੰਭੀਰ ਇਲਜ਼ਾਮ ਲੱਗ ਰਹੇ ਨੇ। ਤਾਂ NRI ਭਰਾਓ, ਜੇਕਰ ਤੁਹਾਡੀ ਵੀ ਜ਼ਮੀਨ ਇਹਨਾਂ ਇਲਾਕਿਆਂ 'ਚ ਮੌਜੂਦ ਹੈ ਤਾਂ ਗੇੜਾ ਗੂੜਾ ਮਾਰਦੇ ਰਿਹਾ ਕਰੋ, ਆਪਣੀ ਜ਼ਮੀਨਾਂ ਬਾਰੇ ਪਤਾ ਪੁਤਾ ਕਰਦੇ ਰਿਹਾ ਕਰੋ। BTC ਨਿਊਜ਼ ਦਿੱਲੀ ਰਾਏਕੋਟ ਤੋਂ ਹਾਕਮ ਸਿੰਘ ਦੀ ਰਿਪੋਰਟ।